एक्चुअली जदों मैं स्टूडेंट पॉलिटिक्स के विच खालसा कॉलेज चंडीगढ़ का प्रधान बनया, उस तो बाद जदों मैं पंजाब यूनीवर्सिटी चंडीगढ़ के विच पंजाब यूनीवर्सिटी स्टूडेंट यूनियन का प्रधान बनया तो मैनू याद है कि मेरे पिता जी मेरे को आए और उन्होंने कहा कि तेरी नौकरी की मैं गल कर ली है, चल हुण अपना बोरी बिस्तरा बन ते नौकरी करनी है। तो मैं उन्होंने जवाब दे दिता कि मैं नौकरी नहीं करनी, मैं पॉलिटिक्स करनी है। ओके। और उस वेले दा उस ओ तुसी ये तुहाडे सवाल तो मैनू समा याद आया कि मेरे पिता जी सब तो वध जे जिंदगी दे विच किते गुस्से होए तां उस वेले होए कि तू ये किहड़ा धंधा करन लगा है, ਇਹ ਤੇ ਬੜਾ ਮਾੜਾ ਸਮਝਿਆ ਜਾਂਦਾ ਆ ਜੀ। ਸਾਡੇ ਕੋਲ ਤਾਂ ਗਿਆ ਹਾਂਜੀ, ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੇ ਤਿੰਨ ਪੁੱਤ ਨੇ, ਮੈਂ ਇਸ ਲਾਈਨ ਦੇ ਵਿੱਚ ਇੱਕ ਪੋਜ਼ਿਟਿਵ ਥਾਟ ਦੇ ਨਾਲ ਚੱਲਣਾ ਜਾਣਾ ਚਾਹੁੰਦਾ, ਇੱਕ ਸੱਚੀ ਸੋਚ ਦੇ ਨਾਲ ਇਮਾਨਦਾਰੀ ਨਾਲ ਜਾਣਾ। ਕਾਫੀ ਯੰਗ ਸੀਗੇ, ਕੀ ਤੁਹਾਡੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਤੁਸੀਂ ਪੋਲਿਟਿਕਸ ਕਿਉਂ ਜੁਆਇਨ ਕਰਨਾ ਚਾਹੁੰਦੇ? ਮੈਂ ਬੇਸਿਕਲੀ ਮੇਰੇ ਦਿਮਾਗ ਦੇ ਵਿੱਚ ਉਦੋਂ ਵੀ ਤੇ ਹੁਣ ਵੀ ਇਹ ਸੀ ਕਿ ਜਿਸ ਚੀਜ਼ ਨੂੰ ਅਸੀਂ ਮਾੜਾ ਕਹਿੰਦੇ ਹਾਂ ਹਾਂਜੀ, और ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਸਭ ਤੋਂ ਤਗੜੀ ਚੀਜ਼ ਹੀ ਇਹ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਚਾਹੇ ਉਹ ਮਿਊਂਸਪਲ ਕਮੇਟੀ ਦੇ ਹੋਣ, ਚਾਹੇ ਉਹ ਪੰਚਾਇਤ ਦੇ ਹੋਣ, ਚਾਹੇ ਉਹ ਪਾਰਲੀਮੈਂਟ ਦੇ ਹੋਣ, ਦੇਸ਼ ਨੂੰ, ਸਟੇਟ ਨੂੰ, ਪਿੰਡ ਨੂੰ, ਸ਼ਹਿਰ ਨੂੰ ਉਹਨਾਂ ਨੇ ਚਲਾਉਣਾ ਹੈ। ਔਰ ਅਸੀਂ ਆਮ ਪਬਲਿਕ ਦੇ ਵਿੱਚ ਇਹ ਧਾਰਨਾ ਬਣ ਗਈ ਹੈ ਕਿ ਇਹ ਮਾੜੀ ਚੀਜ਼ ਹੈ। ਜੇ ਅਸੀਂ ਸਾਰੇ ਇਹ ਸੋਚ ਕੇ ਚੰਗੇ ਵਿਅਕਤੀ ਇਹਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢੀ ਜਾਵਾਂਗੇ और माड़िया नूं अंदर जाण दा मौका दवांगे, असीं कदी वी देश दे हित दे विच नहीं सोचदे। इह मेरी सोच सी और मैं अपनी जिंदगी दे विच इह फैसला कीता कि मैनूं कोई वी खमियाजा भुगतना पवे इहदे वास्ते मैं इस लाइन दे विच जाऊंगा। और जिथों तक मेरी कोशिश होगी, एक साधारण 9 किले वाले जट दा मुंडा जिहड़ा हैगा आ, ओह पॉलिटिक्स कीवें सोच सकदा आ, इह इक बड़ा मेरे अगे चैलेंज। ठीक है, तुसीं एज अ चैलेंज लिता। मेरे नाल इस टाइम फोन उत्ते कॉलर जुड़े होए ने, जानना चाहुंदे आ ओह की कहिंदे आ। हां जी, तुसीं दसोंगे थोड़ा नाम की है ते कित्थों बोल रहे हो? ਵਣ ਤੋਂ ਬੋਲ ਰਿਹਾ ਜੀ। हां जी, ਘੱਗੇ ਪਿੰਡ ਤੋਂ ਬੋਲ ਰਿਹਾ ਜੀ, ਕੁਲਵਿੰਦਰ ਸਿੰਘ ਜੀ। हां जी, ਕੁਲਵਿੰਦਰ ਕੀ ਕਹੋਗੇ ਤੁਸੀਂ? ਪਹਿਲਾਂ ਤਾਂ ਰਾਜੇ ਵੜਿੰਗ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੈਲੋ। हां जी हां जी, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੁਹਾਨੂੰ। चार साल हो गए बंद करी खड़े, साडी किते गल नहीं सुनदे जी। अच्छा जी, लारे लाई जांदे जी, कहिंदे सेंटर सरकार आ कर रही है जी। मैं पूछना चाहना जी, असि तो लोन लेने को बैठे जी, साडियां रजिस्ट्रियां कदों खोलणगे जी? ठीक है, तुहाडे सवाल दा जवाब डॉक्टर चीमा जी देणगे हुणी। एक होर सानू कॉलर जुड़े ने, तुसी तुहाडा नाम की है, तुसी कित्थों बोल रहे हो? जी मैं डॉक्टर कुलविंदर पाल सिंह बराड़ बोलदा जी, मुक्तसर तों। हां जी, तुसी की कहोगे? मैं जी श्री नागराज नूं इह सवाल पूछना चाहना। हां जी भाई, जदों तुसी स्टूडेंट यूनियन दे प्रधान सी, हां जी, अज परमात्मा ने तुहाडे उत्ते बड़ी मतलब मेहर कीती आ और साड़ियां गुड विशेस हमेशा तुहाडे नाल रहियां। ਵੀ ਕੀ ਸਟੂਡੈਂਟ ਪੋਲਿਟਿਕਸ ਤੇ ਇਹ ਵਿਧਾਨ ਸਭਾ ਦੀ ਜੋ ਪੰਜਾਬ ਦੇ ਲੋਕਾਂ ਦੀਆਂ ਤੁਹਾਡੇ ਤੋਂ ਆਸਾਂ ਨੇ, ਤੁਸੀਂ ਆਪੋਜੀਸ਼ਨ 'ਚ ਬੈਠੇ ਹੋ ਜੀ, ਕੀ ਉਮੀਦ ਕਰ ਸਕਦੇ ਹੋ ਤੁਹਾਡੇ ਤੋਂ? ਤੁਸੀਂ ਪਹਿਲਾਂ ਵੀ ਬਹੁਤ ਹੀ ਜ਼ਿਆਦਾ ਮਤਲਬ ਯੂਨੀਵਰਸਿਟੀ ਵਾਸਤੇ ਕੰਮ ਕੀਤੇ ਤੇ ਹੁਣ ਪੰਜਾਬ ਦੀ ਜਨਤਾ ਤੁਹਾਡੇ ਤੋਂ ਕੀ ਐਕਸਪੈਕਟ ਕਰ ਸਕਦੀ ਹੈ ਜੀ? ਸਾਨੂੰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਡਾਕਟਰ ਚੀਮਾ, ਤੁਸੀਂ ਜਿਹੜੇ ਕਾਲਰ ਸੀਗੇ ਉਹਨਾਂ ਦਾ ਘੱਗੇ ਤੋਂ ਜਿਹੜੇ ਕਾਲਰ ਸੀ ਜੀ ਜੀ, ਉਹ ਥਰਮਲ ਪਲਾਂਟ ਦੀ ਗੱਲ ਕਰ ਰਹੇ ਸੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ। ਹਾਂਜੀ, ਪਹਿਲਾਂ ਜਦੋਂ ਸਾਈਟ ਸਿਲੈਕਸ਼ਨ ਦੀ ਗੱਲ ਸੀ ਵੀ ਕਿਹੜੇ ਪਾਸੇ ਲੱਗੇਗਾ, ਪਾਤਰਾਂ ਵਾਲੇ ਪਾਸੇ ਲੱਗੇਗਾ ਜਾਂ ਪਟਿਆਲੇ 'ਚ, ਉਹ ਰਾਜਪੁਰੇ ਦੇ ਵਿੱਚ 3 ਸਾਲ ਹੋ ਗਿਆ, ਉੱਥੇ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ। ਟੂ ਇੰਟਰਪਟ ਯੂ, ਮੁਕਸਰ ਡਿਸਟ੍ਰਿਕਟ ਦੀ ਗੱਲ ਹੈ, ਘੱਗਾ ਪਿੰਡ ਦੈਟ ਫਾਲਸ ਇਨ ਗਿੱਦੜਬਾ, ਇੱਕ ਘੱਗਾ ਪਿੰਡ ਦੇ ਵੀ ਇਹ ਗੱਲ ਹੈ ਤੇ ਮੁਕਸਰ ਦੇ ਡਿਸਟ੍ਰਿਕਟ ਦੀ ਗੱਲ ਹੈ ਤਾਂ ਉੱਥੇ ਤਾਂ ਆਲਰੇਡੀ ਮਾਨਸਾ ਦੇ ਵਿੱਚ ਥਰਮਲ ਪਲਾਂਟ ਜਿਹੜਾ ਬਨਵਾਲਾ ਦੇ ਵਿੱਚ ਮਾਨਸਾ ਦੇ ਵਿੱਚ ਤਰੋਂਡੀ ਸਾਹਿਬ ਦੇ ਕੋਲ ਉੱਥੇ ਬੋਡੀ ਐਡਵਾਂਸ ਸਟੇਜ ਤੇ ਚੱਲ ਗਈ। ਨਹੀਂ, ਉਹਦੇ ਵਿੱਚ ਸੌਰੀ, 4 ਥਰਮਲ ਪਲਾਂਟ ਲੱਗਣੇ ਸੀ, ਉਹਨਾਂ ਦੀ ਲੋਕੇਸ਼ਨ 4 ਦੀ ਜਿਹੜੀ ਹੈ, ਗੋਇੰਦਵਾਲ ਸਾਹਿਬ ਇੱਕ, ਮਾਨਸਾ ਤਰੋਂਡੀ ਸਾਹਿਬ ਇੱਕ, ਰਾਜਪੁਰਾ, ਇਹ ਜਿਹੜੇ 4 ਹੈਗੇ, 4 ਤੇ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ। ਉਹਨਾਂ ਦੀ ਸ਼ਾਇਦ ਐਕਸਪੈਕਟੇਸ਼ਨ ਸੀ ਕਿ ਸਾਡੇ ਪਿੰਡ ਦੇ ਕੋਲ ਕਿਤੇ ਕਿਸੇ ਵੇਲੇ ਕੋਈ ਸਾਈਟ ਸਿਲੈਕਸ਼ਨ ਵੇਲੇ ਇੱਕ ਅਲਟਰਨੇਟ ਸਾਈਟ ਕਈ ਵਾਰੀ ਸੋਚੀ ਜਾਂਦੀ ਹੈ ਕਿ ਜਾਂ ਇੱਥੇ ਹੋ ਸਕਦਾ ਜਾਂ ਇੱਥੇ ਹੋ ਸਕਦਾ, ਪਰ 4 ਥਰਮਲ ਪਲਾਂਟ ਪ੍ਰੋਮਿਸ ਕੀਤੇ ਸੀ, 4 ਤੇ ਤੇਜ਼ੀ ਦੇ ਨਾਲ ਕੰਮ ਸਰਕਾਰ ਸਾਹਿਬ। ਆਈ ਥਿੰਕ ਯੂ ਆਰ ਨਾਟ ਅਵੇਅਰ ਆਫ ਥਰਮਲ ਪਲਾਂਟ, ਇੱਕ ਅੱਗੇ ਪਿੰਡ ਹੈ, ਇਹ ਮੁਕਸਰ ਡਿਸਟ੍ਰਿਕਟ ਦਾ ਪਿੰਡ ਹੈ
ਗਿੱਦੜਬਾਹ ਚ ਪਹਿਲਾਂ ਹੁੰਦਾ ਸੀ ਇਹ ਹੁਣ ਮਲੋਟ ਚ ਇਹਨੂੰ ਡੀਲਿਮਿਟੇਸ਼ਨ ਡੀਲਿਮਿਟੇਸ਼ਨ ਦੇ ਗਿੱਦੜਬਾਹ ਦੇ ਟਾਈਮ ਤੇ ਉਸ ਵੇਲੇ ਬਤੌਰ ਫਾਈਨਲ ਲੋਕਾਂ ਦੀ ਹਜ਼ਾਰਾਂ ਇੱਕ ਉਹਨੇ ਹਾਲੇ ਕੁਝ ਫਾਰਮੈਲਿਟੀਜ਼ ਪੂਰੀਆਂ ਨਹੀਂ ਹੋਈਆਂ ਸੀ ਜਿਹੜੀ ਕਲੀਅਰੈਂਸਸ ਵਗੈਰਾ ਸੀਗੀਆਂ ਉਹ ਨਹੀਂ ਹੋਈਆਂ ਤੁਸੀਂ ਉਹ ਮਾਨਸਾ ਨਾਲ ਕੋਲੈਬੋਰੇਟ ਕੀਤਾ ਤੁਸੀਂ ਇੱਕ ਬਹੁਤ ਨਹੀਂ ਚਾਰ ਚੱਲ ਰਿਹਾ ਤੇ ਹਜ਼ਾਰ ਪੂਰਨ ਮੈਂਬਰ ਹੋ ਪੰਜਾਬ ਵਿਧਾਨ ਸਭਾ ਦੇ ਚੌਥਾ ਇਹ ਥਰਮਲ ਪਲਾਂਟ ਬਾਰੇ ਜ਼ਮੀਨ ਅਕੁਆਇਰ ਕਰ ਲਈ ਗਈ ਸੀ ਸਾਰੀ ਜ਼ਮੀਨ ਅਕੁਆਇਰ ਕਰ ਲਈ ਹੈ ਰਜਿਸਟਰੀਆਂ ਉਹਨਾਂ ਦੀਆਂ ਰੋਕ ਦਿੱਤੀਆਂ ਗਈਆਂ ਡੀਲਿਮਿਟੇਸ਼ਨ ਦੇ ਸਮੇਂ ਇਹ ਪਿੰਡ ਮੋਗਾ ਮਲੋਟ ਵਿੱਚ ਆ ਗਿਆ ਸੋ ਲੋਕ ਬੜੇ ਦੁਖੀ ਹੈ ਅੱਜ ਉਹਨਾਂ ਨੂੰ ਨਾ ਤਾਂ ਇਹ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇੱਥੇ ਥਰਮਲ ਪਲਾਂਟ ਲੱਗਣਾ ਕਿ ਨਹੀਂ ਤੇ ਨਾ ਉਹਨਾਂ ਦੀਆਂ ਰਜਿਸਟਰੀਆਂ ਬੈਨ ਕੀਤੀਆਂ ਹੋਈਆਂ ਨਾ ਉਹ ਆਪਦੀ ਜ਼ਮੀਨ ਵੇਚ ਸਕਦੇ ਆ ਨਾ ਕੋਈ ਲੈ ਸਕਦੇ ਸੋ ਮੈਂ ਇਹੀ ਕਹਿ ਰਿਹਾ ਉੱਥੇ ਵੀ ਅਨਾਊਂਸਮੈਂਟ ਹੋਈ ਸੀ ਕਿ ਲੱਗੇਗਾ ਇਹਨਾਂ ਨੇ ਆਪ ਹੀ ਹੁਣ ਐਡਮਿਟ ਕਰ ਲਿਆ ਕਿ ਉਹਦੀ ਲੈਂਡ ਵੀ ਅਕੁਆਇਰ ਹੋ ਗਈ ਇਹਦਾ ਮਤਲਬ ਸਾਡੇ ਵੱਲੋਂ ਜੋ ਸਰਕਾਰ ਵੱਲੋਂ ਕਰਨ ਵਾਲਾ ਕੰਮ ਸੀ ਹੋ ਗਿਆ ਜਿਹੜੀਆਂ ਬਾਕੀ ਕਲੀਅਰੈਂਸਸ ਸੈਂਟਰ ਗਵਰਨਮੈਂਟ ਦੇਣੀਆਂ ਚਾਰ ਥਰਮਲ ਪਲਾਂਟ ਤੇ ਲੱਗੇ ਆ ਬੜੀ ਵੱਡੀ ਅਚੀਵਮੈਂਟ ਹੈ ਇਹਨੂੰ ਵੀ ਆਪਾਂ ਕਿਸੇ ਹੋਰ ਦਿਨ ਡਿਸਕਸ ਕਰਾਂਗੇ ਕਿਉਂਕਿ ਮੈਨੂੰ ਲੱਗ ਰਿਹਾ ਕਿ ਇਹ ਵੀ ਇੱਕ ਡਿਬੇਟ ਦਾ ਮੁੱਦਾ ਬਣਦਾ ਹੈ ਨਾਗਰਾ ਜੀ ਤੁਸੀਂ ਉਹਨਾਂ ਦੇ ਕਾਲਰ ਦਾ ਜਵਾਬ ਦੋਗੇ ਇਹ ਕੁਲਵਿੰਦਰ ਬਰਾੜ ਜੀ ਮੇਰੇ ਪੁਰਾਣੇ ਯੂਨੀਵਰਸਿਟੀ ਦੇ ਟਾਈਮ ਦੇ ਮਿੱਤਰ ਨੇ ਅੱਛਾ ਜੀ ਬੋਟਨੀ ਡਿਪਾਰਟਮੈਂਟ ਦੇ ਵਿੱਚ ਸਾਡੇ ਬਹੁਤ ਸਰਗਰਮ ਸਾਥੀ ਹੁੰਦੇ ਸੀਗੇ ਕੁਲਵਿੰਦਰ ਜੀ ਮੈਂ ਤੁਹਾਡੇ ਨਾਲ ਤੇ ਆਪਣੇ ਸਾਰੇ ਸਾਥੀਆਂ ਨਾਲ ਤੁਸੀਂ ਵੈਸੇ ਮੇਰੇ ਕਰੈਕਟਰ ਤੋਂ ਚੰਗੀ ਤਰ੍ਹਾਂ ਵਾਕਫ ਹੋ ਇਹ ਵਿਅਕਤੀ ਜਿਹੜਾ ਆ ਇਹ ਸੰਘਰਸ਼ ਲਈ ਬਣਿਆ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਲਈ ਵੀ ਸੰਘਰਸ਼ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਤੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਲਈ ਵੀ ਸੰਘਰਸ਼ ਜਾਰੀ ਰਹੇਗਾ ਇਹ ਮੈਂ ਤੁਹਾਨੂੰ ਇੱਕ ਆਪਣਾ ਵਿਸ਼ਵਾਸ ਨਾਲ ਤੁਹਾਨੂੰ ਇਹ ਗੱਲ ਕਹਿ ਸਕਦਾ ਆ ਔਰ ਜੋ ਪਰਮਾਤਮਾ ਨੇ ਸਾਹਿਬਜ਼ਾਦਿਆਂ ਦੀ ਧਰਤੀ ਤੋਂ ਜੋ ਉਹਨਾਂ ਨੇ ਸੇਵਾ ਬਖਸ਼ੀ ਹੈ ਇੱਕ ਉਹਨਾਂ ਅੱਗੇ ਅਰਦਾਸ ਕਰਦਾ ਕਿ ਸ਼ਕਤੀ ਦੋ ਦ੍ਰਿੜਤਾ ਦੋ ਕਿ ਆਪਣੇ ਇਰਾਦਿਆਂ ਨੂੰ ਇਸੇ ਤਰੀਕੇ ਨਾਲ ਕਾਇਮ ਰੱਖੀਏ ਔਰ ਉਹ ਬੜੇ ਖੁਸ਼ ਹੋਣਗੇ ਤੁਹਾਡਾ ਜਵਾਬ ਸੁਣ ਕੇ ਹੁਣ ਇਸ ਦੇ ਨਾਲ ਹੀ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬ੍ਰੇਕ ਤੋਂ ਬਾਅਦ ਅਸੀਂ ਇਹ ਚਰਚਾ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਸੀਂ ਚਰਚਾ ਕਰਕੇ ਪਹਿਲੀ ਵਾਰ ਚੋਣ ਜਿੱਤਣ ਅਸੀਂ ਚਰਚਾ ਕਰ ਰਹੇ ਹਾਂ ਪਹਿਲੀ ਵਾਰ ਚੋਣ ਜਿੱਤਣ ਵਾਲੇ ਵਿਧਾਇਕਾਂ ਦੇ ਨਾਲ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਜਾਣਨਾ ਚਾਹੁੰਦੇ ਹਾਂ ਉਹ ਕੀ ਕਹਿਣਾ ਚਾਹ ਰਹੇ ਨੇ ਤੁਸੀਂ ਕਿੱਥੋਂ ਬੋਲ ਰਹੇ ਹੋ ਤੁਹਾਡਾ ਨਾਮ ਕੀ ਹੈ ਫਤਿਹਗੜ੍ਹ ਸਾਹਿਬ ਜੀ ਜਸਟਰੀਤ ਸਿੰਘ ਦਾ ਭਾਈ ਪਿੰਡ ਸਾਨੀਪੁਰ ਜੀ ਫਤਿਹਗੜ੍ਹ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਨਾਲ ਗੱਲ ਕਰਨਾ ਚਾਹੁੰਦੇ ਜੀ ਅਸੀਂ ਉਹਦੇ ਜੀ ਲੇਟਵਾਂ ਜੀ ਫੈਨ ਵੀ ਹਾਂ ਜੀ ਉਹਦੇ ਤੁਸੀਂ ਇੱਕ ਥੋੜਾ ਜਿਹਾ ਆਪਦੀ ਜਿਹੜੀ ਸਪੀਡ ਸਲੋ ਰੱਖੋਗੇ ਤਾਂ ਹੀ ਸਾਨੂੰ ਤੁਹਾਡੀ ਗੱਲ ਸਮਝ ਆਏਗੀ ਆਰਾਮ ਨਾਲ ਜੀ ਤੁਸੀਂ ਸਾਨੂੰ ਆਪਦੀ ਗੱਲ ਦੱਸੋਗੇ ਅਸੀਂ ਫਤਿਹਗੜ੍ਹ ਸਾਹਿਬ ਤੋਂ ਬੋਲਦੇ ਹਾਂ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਨਾਲ ਸਾਨੂੰ ਇੱਕ ਵੈਲਕਮ ਸੁਣ ਰਹੇ ਹਾਂ ਜੀ ਬਹੁਤ ਵਧੀਆ ਬੰਦੇ ਨੇ ਜੀ ਯਾਨੀ ਜੇ ਇਹ ਇੱਥੋਂ ਸਾਡੇ ਬਹੁਤ ਵਧੀਆ ਵਧਾਇਕ ਬਣਾ ਹਾਂਜੀ ਤੇ ਅਸੀਂ ਇਹਨਾਂ ਨਾਲ ਸਹਿਮਤ ਹਾਂ ਜੀ ਤੇ ਇਹਨਾਂ ਨੇ ਬਹੁਤ ਹੀ ਜੀਵ ਦੇ ਨਾਲ ਤੇ ਇੱਥੋਂ ਆਪਣੇ ਲੀਡਰ ਲੱਗੇ ਮਿਲੇ ਬਣੇ ਨੇ ਇਹ ਜੀ ਹਾਂਜੀ ਤੇ ਬਹੁਤ ਹੀ ਵਧੀਆ ਇਨਸਾਨ ਨੇ ਜੀ ਬਹੁਤ ਆਪਣੇ ਵਿਚਾਰ ਵਧੀਆ ਨਹੀਂ ਜਾਂਦੇ ਸਾਡੇ ਇੱਥੇ ਇਲਾਕੇ ਦੇ ਵਿੱਚ ਆਉਂਦੇ ਨੇ ਰੰਧਾਵਾ ਸਾਹਿਬ ਮੇਰੇ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦੱਸੋ ਨਹੀਂ ਜੀ ਨਗਰ ਸਾਹਿਬ ਨਹੀਂ ਇਹਨਾਂ ਨੇ ਤੁਹਾਡੀ ਤਾਰੀਫ ਦੇ ਵਿੱਚ ਇਹ ਕਾਲ ਕੀਤਾ ਜੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਤੁਹਾਡਾ ਨਾਮ ਕੀ ਹੈ ਹੈਲੋ ਹਾਂਜੀ ਮੈਂ ਹਰਕਿਰਨਜੋਤ ਸਿੰਘ ਬੋਲਦਾ ਜੀ ਪਟਮਾਜਰੇ ਤੋਂ ਹਾਂਜੀ ਕੀ ਕਹੋਗੇ ਹਾਂਜੀ ਨਾਗਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਅਸੀਂ ਜੀ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਅਸੀਂ ਟਿਕਟ ਲੈ ਕੇ ਆਏ ਸੀਗੇ ਜੀ ਹਾਂਜੀ ਉਸ ਦਿਨ ਤੋਂ ਸਾਨੂੰ ਇਹ ਯਕੀਨ ਸੀਗਾ ਕਿ ਹਾਂ ਹੁਣ ਸਾਡੇ ਜ਼ਿਲ੍ਹੇ ਦਾ ਕੁਝ ਬਣ ਜਾਊਗਾ ਧੰਨਵਾਦ ਜੀ ਇਹ ਇਸੇ ਸੋਚ ਕਰਕੇ ਜੀ ਅਸੀਂ ਤੁਹਾਨੂੰ ਅੱਗੇ ਲੈ ਕੇ ਆਏ ਹਾਂ ਤੁਹਾਨੂੰ ਇਹ ਵੀ ਪਤਾ ਕਿ ਤੁਹਾਡੇ ਮੁਕਾਬਲੇ ਚ ਕਿੰਨੇ ਸਟਰੋਂਗ ਨੇਤਾ ਸੀਗੇ ਜਿਹੜੇ ਕਿ ਪੰਜਾਬ ਦੇ ਜਿਹੜੇ ਤੁਸੀਂ ਕੇ ਸਿੱਟਦੇ ਨੇ ਜੀ ਜੀ ਹਾਂਜੀ ਇਹ ਇਸੇ ਕਰਕੇ ਲੈ ਕੇ ਆਏ ਆ ਜੀ ਤੁਹਾਤੋਂ ਬਹੁਤ ਉਮੀਦ ਆ ਸਾਨੂੰ ਕਿ ਸਾਡੇ ਪਿੰਡ ਜਿਹੜੀ ਮਿੱਟੀ ਉੱਡਦੀ ਆ ਨਾ ਹੁਣ ਕੱਚੇ ਰਸਤਿਆਂ ਦੇ ਉਹ ਸ਼ਾਇਦ ਅਗਲੇ ਆਉਣ ਵਾਲੇ 5 ਸਾਲਾਂ ਦੇ ਨਾਗਰਾ ਸਾਹਿਬ ਉੱਡਣ ਨਹੀਂ ਦੇਣਗੇ ਹਾਂ ਨਹੀਂ ਨਹੀਂ ਇਹ ਤੁਹਾਡੇ ਨਾਲ ਉੱਥੇ ਪਿੰਡ ਵੀ ਵਾਅਦਾ ਕੀਤਾ ਸੀਗਾ ਤੇ ਤੁਹਾਡੇ ਨਾਲ ਮਿੱਟੀ 'ਚ ਮਿੱਟੀ ਹੋਵਾਂਗੇ ਸਾਰਾ ਗੱਲਬਾਤ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਗਰਾ ਸਾਹਿਬ ਇੱਕ ਤਾਂ ਤੁਹਾਡੇ ਫੈਨਸ ਦੀ ਬੜੀ ਲੰਬੀ ਲਾਈਨ ਹੈਗੀ ਹੈ ਦੂਜੀ ਤੁਹਾਡੇ ਤੋਂ ਐਕਸਪੈਕਟੇਸ਼ਨਸ ਬਹੁਤ ਹੈਗੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਐਕਸਪੈਕਟੇਸ਼ਨਸ ਨੂੰ ਪੂਰਾ ਕਰ ਸਕੋਗੇ ਬਿਲਕੁਲ ਬਿਲਕੁਲ ਲੱਗਦਾ ਔਰ ਇਹ ਜਿੰਨੇ ਵੀ ਮੇਰੇ ਸਾਥੀ ਨੇ ਐਕਚੁਅਲੀ ਕੀ ਹੈ ਕਿ ਅਸੀਂ 5 ਸਾਲ ਮੇਰੀ ਇੱਕ ਸੋਚ ਹੈ ਜੀ ਹਾਂਜੀ ਉਹ ਸੋਚ ਇਹ ਹੈ ਮੈਂ ਚਾਹੇ ਵਿਰੋਧੀ ਧਿਰ 'ਚ ਬੈਠਾ ਸੀ ਪਹਿਲਾਂ 5 ਸਾਲ ਵਿਰੋਧੀ ਧਿਰ 'ਚ ਬੈਠੀ ਸੀ ਮੈਂ ਕਦੀ ਨਹੀਂ ਕਿਹਾ ਕਿ ਸਾਡੀ ਸਰਕਾਰ ਨਹੀਂ ਹੈ ਮੈਂ ਅੱਜ ਵੀ ਇਸ ਸਟੇਜ ਦੇ ਉੱਤੋਂ ਕਹਿਣਾ ਚਾਹੁੰਦਾ ਹਾਂ
कि इस सरकार पंजाब दे लोकां दी चुनी हुई सरकार है और उदे विच सरकार संविधान दे थले हुंदी है और संविधान दे थले जिहड़े जिहड़े लोक चुन के अज जिन्हां नूं जिहड़े अज इन्हां गद्दियां दे उत्ते बैठे ने इस संविधान नाल बन्ने हुए ने साडे विच हिम्मत होनी चाहीदी है कि इस संविधान दे डंडे नाल इन्हां तों सही रूप च काम किवें लैणा जिथे साडे च कमजोरी होगी उत्थे जरूर इह गलत काम करनगे जिथे साडे विच कमजोरी नहीं क्योंकि असीं संविधान नूं जाणदे आ कानून नूं जाणदे मैं तां अपने हलके दे विच पिछले 5 सालां दे विच वी जिहड़ा अफसर किते चाहे अकाली दल दे किसे लीडर दे तहत काम करन लगदा उहनूं कहिंदा सी अफसरी तूं करनी है सानू कानून भी आउंदा सानू संविधान भी जानदे आ और जे तू गलत काम करेगा ते तेनू घेरना भी जानदे सो इस करके साडे कोले सानू मैं अज भी महसूस करदा कि साडे अंदर हिम्मत होनी चाहीदी है लोक नाल जुड़दे ने कि जिहड़े जिहड़े जिन्हां ने कॉल कीती है इन्हां दे काम होए ने इन्हां दीआं सड़कां बणीआं ने इन्हां दे पाणी दे काम होए ने इन्हां दे सिक्खां दे काम खुशी हैगी इस गल दी सैटिस्फैक्शन है डॉक्टर चीमा जिहड़ी हुण असैम्बली हैगी ना इट इज कंसीडर्ड टू बी अ वेरी कलरफुल असैम्बली बिग गन्स ने सारे पंजाब पॉलिटिक्स ते फर्स्ट टाइमर्स इहदे च ऐड होए ने रॉयल फैमिलीज तो ने ब्यूरोक्रैट्स ने ओलंपियन ने फोक सिंगर ने ते हाईली क्वालिफाइड भी ने ते घट पढ़े लिखे भी ने की इहनूं तुसीं इक चेंज दा साइन मानदे हो आई मीन अ जनरेशन नेक्स्ट पॉलिटिक्स